स्टूडेंट प्लस वन क्लास टुडे वी कंटिन्यू द रिमेनिंग पार्ट ऑफ द स्ट्रक्चर ऑफ ह्यूमन आई वी डिस्कस द थर्ड पार्ट ऑफ ह्यूमन आई दैट इज रेटिना, ओके, लुक एट रेटिनाट डायग्राम बेटा, दिस इज द थर्ड लेयर और इनर मोस्ट लेयर ऑफ द ह्यूमन आई दैट इज रेटिना ओके अगेन रेटिना ना थ्री पार्ट डिवाइड करा दिस वन पार्ट जो ऑरबिट ਔਰ ਆਪਟਿਕ ਲੋਬਸ ਮੇਂ ਓਕੇ ਆਪਟਿਕ ਲੋਬਸ ਐਂਡ ਆਰਬਿਟ ਦੇ ਅੰਦਰ ਵਾਲਾ ਪਾਰਟ ਹੋ ਗਿਆ ਇਹ ਹੋ ਗਿਆ ਆਪਣੇ ਕੋਲ ਆਪਟਿਕਲ ਪਾਰਟ ਥੈਨ ਸਿਲੀਅਰੀ ਮਸਲਸ ਦੇ ਨਾਲ ਜੋ ਇਹਦੀ ਲਾਈਨਿੰਗ ਆਏਗੀ ਥਿਸ ਵਨ ਉਹਨੂੰ ਆਪਾਂ ਕੀ ਬੋਲ ਦਿੰਨੇ ਆ ਸਿਲੀਅਰੀ ਪਾਰਟ ਰੈਟੀਨਾ ਦਾ ਇਹਦੇ ਵਿੱਚ ਦੇਖੋ ਰਹਿ ਜੀ ਆਪਣੇ ਕੋਲ ਨਾਮ ਆਏਗਾ ਇੱਕ ਓਰਾ ਸਿਰੇਟਾ ਦੇਖੋ ਇਹ ਆਪਣੇ ਕੋਲ ਸਿਲੀਅਰੀ ਬਾਡੀਜ਼ ਨੇ ਇਹ ਰੈਟੀਨਾ ਦੀ ਬੋਲ ਆ ਇੱਥੇ ਆਊਗਾ ਇਹਨਾਂ ਦੋਨਾਂ ਨੂੰ ਜਿੱਥੇ ਇਹ ਅਟੈਚ ਹੋ ਰਿਹਾ ਸੀਲੀਅਰੀ ਪਾਰਟ ਦੈਨ ਆਪਣੇ ਕੋਲ ਆਇਰਿਸ ਹੁੰਦਾ ਸੀ ਆਇਰਿਸ ਦੇ ਨਾਲ ਜੋ ਕਨੈਕਟਡ ਪਾਰਟ ਆ ਆਪਣੇ ਕੋਲ ਰੈਟੀਨਾ ਦਾ ਉਹਨੂੰ ਆਪਾਂ ਕੀ ਬੋਲ ਦਿੰਨੇ ਆ ਆਇਰੀਡੀਅਲ ਪਾਰਟ ਓਕੇ ਇਹ ਰਾਜੇ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣੇ ਕੋਲ ਸੈਕਿੰਡ ਪਾਰਟ ਸੀਗਾ ਆ ਆਈ ਦਾ ਵਸਕੂਲਰ ਕੋਰਟ অর ਯੂਵੀਆ ਉਹਦਾ ਆਪਾਂ ਆਇਰੀਡੀਅਲ ਪਾਰਟ ਪੜਿਆ ਸੀਗਾ ਉਹਦੇ ਵਿੱਚ ਆਪਾਂ ਕਿਹਾ ਸੀ ਆਇਰੀਡੀਅਲ ਮਸਲਸ ਹੁੰਦੇ ਨੇ ਹਨਾ ਤਾ ਇਹ ਉਹਦੇ ਨਾਲ ਹੀ ਇੰਟਰ ਆਹ ਤਾਂ ਰੇਡੀਅਲ ਮਸ ਇਰੀਡੀਅਲ ਮਸਲਸ ਹੋਗੇ ਦੇਖੋ ਰਜੀ ਚੰਗੀ ਤਰ੍ਹਾਂ ਓਕੇ ਇਹਦੀ ਅੰਦਰ ਸਾਈਡ ਆ ਵਾਲਾ ਇਹ ਵੈਸੇ ਆ ਜਿਹੜਾ ਡਾਰਕ ਬਲੈਕ ਕੀਤਾ ਇਹਨਾਂ ਨੇ ਇਹ ਸਾਰਾ ਆਇਰਸ ਆ ਇਹ ਜਿਹੜਾ ਆਪਣੇ ਕੋਲ ਰੈਟੀਨਾ ਦੀ 3rd ਲੇਅਰ ਆ ਇੰਟਰਨਲ ਉਹ ਵੀ ਇਹਦੇ ਨਾਲ ਦੀ ਅਟੈਚ ਹੁੰਦੀ ਨੇ ਦੋਨੇ ਇਕੱਠੇ ਮਿਲ ਕੇ ਰੈਟੀਨਾ ਬਣਾਉਂਦੇ ਨੇ ਸੌਰੀ ਆਇਰਸ ਬਣਾਉਂਦੇ ਨੇ ਆਇਰਸ ਕੀ ਹੁੰਦਾ ਆਪਣੀ ਅੱਖ ਦਾ ਕਲਰਡ ਪਾਰ ਜਿੱਦਾਂ ਦੇਖੋ ਰਜੀ ਇਹ ਆਪਣੇ ਕੋਲ ਆਪਾਂ ਫਿਰ ਦੇਖਦੇ ਆ ਆਈ ਸੀਗੀ ਇਹ ਆਈ ਬੋਲ ਹੋਗੀ ਇਸ ਸੈਂਟਰ ਚ ਡਾਰਕ ਬਲੈਕ ਹੋਲ ਹੁੰਦਾ दैट इज ਪਿਪਲ ਇਹਦੇ ਚ ਨੇ ਦਸ ਨਾਈਂਸ ਜੀਆਂ ਪੜੀਆਂ ਹੁੰਦੀਆਂ ਡਿਜ਼ਾਈਨਿੰਗ ਜੀਆਂ ਇਹ ਲਾਈਨਸ ਜਿਨ੍ਹਾਂ ਦੀ ਗ੍ਰੇ ਆਇਜ਼ ਨੇ ਗ੍ਰੇ ਕਲਰ ਹੋਊ ਬਲੂ ਵਾਲੇ ਦੀਆਂ ਬਲੂ ਬਲੈਕ ਵਾਲੇ ਦੀਆਂ ਬਲੈਕ ਇਹ ਕੀ ਆਪਣੇ ਕੋਲੇ ਆਇਰਿਸ ਹੁੰਦਾ ਓਕੇ ਇਹ ਆਪਣੇ ਕੋਲ ਆ ਜਾਂਦੀ ਨੇ ਜਿਹੜੇ ਆਈ ਲਿਡਸ ਦੀ ਗੱਲ ਕਰਦੇ ਆਂ ਦੈਨ ਉੱਪਰ ਆ ਜਾਂਦੀਆਂ ਆਪਣੇ ਕੋਲ ਆਈ ਲੈਸ਼ਸ दैट इज ਆਈ ਲਿਡ ਐਂਡ दैट इज द ਆਈ ਲੈਸ਼ਸ ਹੋ ਗਈਆਂ ਓਕੇ ਉਸ ਤੋਂ ਬਿਨਾ ਆਪਾਂ ਜੀ ਗੱਲ ਕਰੀਏ ਇੱਥੇ ਆਪਣੇ ਕੋਲ ਇਹ ਸਾਰੀ ਸਟਰਕਚਰ ਨੂੰ ਆਪਾਂ ਫਰੰਟ ਤੋਂ ਕੀ ਬੋਲ ਦਿੰਨੇ ਆ ਟ੍ਰਾਂਸਪੀਰੈਂਟ ਜਾਂ ਕਾਰਨੀਆ ਵੀ ਹੁੰਦਾ ਦੈਨ ਸਿਲੀਅਰੀ ਮਸਲਸ ਹੁੰਦੇ ਨੇ ਇਹਦੇ ਨਾਲ ਓਕੇ ਨੈਕਸਟ ਆਪਾਂ ਦੇਖਦੇ ਹਾਂ ਰੈਟੀਨਾ ਨੂੰ ਡਿਟੇਲ ਚ ਪੜਦੇ ਹਾਂ ਟਿਊਨਿਕਾ ਨਰਵੋਜ਼ਾ ਕਹਿੰਦੇ ਨੇ ਇਹਨੂੰ ਇਨਰ ਮੋਸਟ ਐਂਡ ਇਨਕੰਪਲੀਟ ਲੇਅਰ ਹੁਣ ਇਨਕੰਪਲੀਟ ਲੇਅਰ ਕਿਉਂ ਆ ਰਹੀ ਜੀ ਕਿਉਂਕਿ ਫਰੰਟ ਸਾਈਡ ਤੋਂ ਇਹ ਵੀ ਕੀ ਦੋ ਪਾਰਟਸ ਡਿਵਾਈਡ ਹੁੰਦੀ ਆ ਅੱਗੇ ਪਹਿਲਾ ਪਾਰਟ ਹੈ ਇਹਦਾ ਆਪਟੀਕਲ ਪਾਰਟ ਥਿਕ ਪਿਗਮੈਂਟਡ ਐਂਡ ਫੋਟੋਸੈਂਸਿਟਿਵ ਪਾਰਟ ਆ ਫੋਟੋਸੈਂਸਿਟਿਵ ਮੀਨਸ ਜੇ ਲਾਈਟ ਨੂੰ ਸੈਂਸਿਟਿਵ ਆਹੀ ਲਾਈਟ ਨੂੰ ਇਹ ਫੀਲ ਕਰ ਲੈਂਦਾ ਹੈ ਓਕੇ ਇਟ ਇਜ਼ ਵਿਚ ਇਜ਼ ਪ੍ਰੈਜ਼ెంట్ ਅਲੋਂਗ ਇਨਰ ਸਾਈਡ ਆਫ ਦਾ ਕੋਰੋਇਡ ਆਪਾਂ ਕੋਰੋਇਡ ਲੇਅਰ ਪੜ੍ਹੀ ਸੀ ਕੋਰੋਇਡ ਲੇਅਰ ਦੀ ਇੰਟਰਨਲ ਸਾਈਡ ਤੇ ਆਹੀ ਇਟ ਫਾਰਮਸ ਅ ਪੋਸਟੀਰੀਅਰ 2/3 ਪਾਰਟ ਆਫ ਦਾ ਰੈਟੀਨਾ ਮਤਲਬ ਕਿ ਜਿੰਨਾ ਆਈ ਦੇ ਵਿੱਚ ਟੋਟਲ ਰੈਟੀਨਾ ਦੇ ਚ 2/3 ਪਾਰਟ ਦਾ ਇਕੱਲਾ ਆਪਟੀਕਲ ਪਾਰਟ ਦਾ ਹੀ ਹੁੰਦਾ ਹੁਣ ਆਪਾਂ ਜੀ ਸਟਰਕਚਰ ਦੀ ਗੱਲ ਕਰੀਏ ਰੈਟੀਨਾ ਦੀ ਮੇਨ ਰੈਟੀਨਾ ਦੇ ਵਿੱਚ 4 ਲੇਅਰਸ ਪਈਆਂ ਹੁੰਦੀਆਂ 4 ਟਾਈਪ ਦੇ ਸੈਲਸ ਦੀਆਂ 4 ਲੇਅਰਸ ਪਈਆਂ ਹੁੰਦੀਆਂ ਫਰਸਟ ਲੇਅਰ ਆ ਜਾਂਦੀ ਹੈ ਪਿਗਮੈਂਟਡ ਐਪੀਥੀਲੀਅਲ ਸੈਲਸ ਦੀ ਇਹ ਕਿਹ ਕਿਊਬੋਇਡਲ ਸੈਲਸ ਹੁੰਦੀਆਂ ਸ਼ੇਪ ਦੇ ਅਕੋਰਡਿੰਗ ਕਯੂਬ ਲਾਈਕ ਹੁੰਦੇ ਨੇ ਇਹਦੇ ਕੋਲ ਮੈਲਾਨਿਨ ਪਿਗਮੈਂਟ ਹੁੰਦੇ ਨੇ ਤੇ ਗ੍ਰੈਨਿਊਲਸ ਦੀ ਫਾਰਮ ਮੀਨਸ ਦਾਣੇਦਾਰ ਫਾਰਮ ਚ ਹੁੰਦੇ ਉਹ ਮੈਲਾਨਿਨ ਪਿਗਮੈਂਟ ਇਹਨਾਂ ਨੂੰ ਕਲਰ ਦਿੰਦਾ ਵ ਬੱਤੋ ਬੱਤ ਕਲਰ ਨਾਲ ਜੇ ਦਾ ਕਲਰ ਡਾਰਕ ਹੋਊਗਾ ਜਿੱਦਾਂ ਆਪਾਂ ਪਹਿਲਾਂ ਪੜ੍ਹਿਆ ਸੀ ਬਲੂਇਸ਼ ਔਰ ਪਰਪਲਿਸ਼ ਹੋ ਸਕਦਾ ਕਲਰ ਤਾਂ ਇਹ ਇਹਦੇ ਨਾਲ ਕੀ ਹੈ ਬੱਤੋ ਬੱਤ ਲਾਈਟ ਅਬਜ਼ੌਰਬ ਕਰੇਗਾ ਅਬਜ਼ਰਪਸ਼ਨ ਆਫ ਲਾਈਟ ਚ ਹੈਲਪ ਕਰਦੀ ਹੈ ਸੈਕੰਡਰ ਲੇਅਰ ਆਫ ਟੂ ਟਾਈਪਸ ਆਫ ਫੋਟੋ ਰੀਸੈਪਟਰਸ ਆ ਦੇਖੋ ਰਜੀ ਰੀਸੈਪਟਰਸ ਆਪਾਂ ਪਹਿਲਾਂ ਹੀ ਪੜ੍ਹੇ ਸੀ ਨਾ ਦ ਸਪੈਸ਼ਲ ਸੈਲਸ ਵਿਚ ਰੀਸੀਵ ਦਾ ਸਟਿਮੂਲਾਈ ਨਾ ਤਾਂ ਲਾਈਟ ਨੂੰ ਰੀਸੈਪਟ ਕਰਨ ਵਾਲੇ ਰੀਸੈਪਟਰਸ ਨੂੰ ਬੋਲਦੇ ਆਪਾਂ ਫੋਟੋ ਰੀਸੈਪਟਰਸ ਦੋ ਤਰ੍ਹਾਂ ਦੇ ਸੈਲਸ ਹੁੰਦੇ ਨੇ ਜੀ ਰੋਡਸ ਐਂਡ ਕੋਨਸ ਇਹਨਾਂ ਦੀ ਸ਼ੇਪ ਦੇ ਅਕੋਰਡਿੰਗ ਦੇਖ ਸਕਦੇ ਹੋ ਰੋਡ ਸ਼ੇਪ ਰੋਡ ਵਰਗੇ ਹੁੰਦੇ ਆ ਐਂਡ ਕੋਨ ਸੈਲਸ ਕੋਨ ਦੀ ਸ਼ੇਪ ਵਰਗੇ ਹੁੰਦੇ ਨੇ ਇਹ ਦੋਨੋਂ ਮਿਕਸ ਪਏ ਨੇ ਪਹਿਲੀ ਲੇਅਰ ਐਪੀਥੀਲੀਅਲ ਦੀ ਆ ਗਈ ਆ ਸੈਕਿੰਡ ਲੇਅਰ ਆਪਣੇ ਕੋਲ ਕਿਹਾ ਕੀ ਰੋਡ ਐਂਡ ਕੋਨ ਸੈਲਸ ਦੀ ਆ ਗਈ ਫਰਸਟ ਲੇਅਰ ਇਹ ਆ ਗਈ ਆਪਣੇ ਕੋਲ ਸੈਕਿੰਡ ਲੇਅਰ ਇਹ ਕੀ ਕਰਨਗੇ ਸੈਂਸਿਟਿਵ ਟੂ ਫੋਟੋ ਪਿਗਮੈਂਟ ਮੀਨਸ ਕਿ ਲਾਈਟ ਦੇ ਕਲਰ ਨੂੰ ਸੈਂਸਿਟਿਵ ਹੋਣਗੇ ਆਪਾਂ ਨੂੰ ਕਿਹੜੀ ਚੀਜ਼ ਕਿਸ ਕਲਰ ਦੀ ਦਿਖਦੀ ਹੈ ਉਹ ਡਿਪੈਂਡ ਕਰਦਾ ਰੋਡ ਐਂਡ ਕੋਨ ਸੈਲਸ ਦੇ ਉੱਪਰ ਦੈਨ ਆਪਣੇ ਕੋਲ ਥਰਡ ਲੇਅਰ ਆ ਗਈ ਬਾਈਪੋਲਰ ਨਿਊਰੋਨ ਵੈਸੇ ਨਿਊਰੋਨ ਨਰਵ ਸੈਲ ਹੁੰਦਾ ਠੀਕ ਹੈ ਜੀ ਤਾਂ ਇਹ ਬਾਈਪੋਲਰ ਮੀਨਸ ਦੋਨੋਂ ਸਾਈਡਸ ਤੇ ਅਪਰ ਸਾਈਡ ਤੇ ਵੀ ਨਿਊਰੋਨ ਆ ਨੀਚੇ ਸਾਈਡ ਤੇ ਵੀ ਅਟੈਚ ਆ ਦੇਖੋ ਅਪਰ ਸਾਈਡ ਤੇ ਲੋਅਰ ਸਾਈਡ ਦੋਨੇ ਸਾਈਡ ਜੁੜਦੀ ਆ ਪੋਲੈਰਿਟੀ ਸ਼ੋਅ ਕਰਦੀ ਆ ਦੈਨ ਬਾਈਪੋਲਰ ਥਰਡ ਲੇਅਰ ਆ ਗਈ ਆਪਣੇ ਕੋਲ ਬਾਈਪੋਲਰ ਨਿਊਰੋਨ ਦੀ ਨਿਊਰੋਨਸ ਦਾ ਮੇਨ ਕੰਮ ਕੀ ਹੁੰਦਾ ਮੈਸੇਜ ਕਨਵੇ ਕਰਨਾ ਐਂਡ ਫੋਰਥ ਆਪਣੇ ਕੋਲ ਲੇਅਰ ਆ ਗਈ ਰੈਟੀਨਲ ਗੈਂਗਲੀਓਨਿਕ ਸੈਲਸ ਇਹ ਆਪਣੇ ਕੋਲ ਗੈਂਗਲੀਓਨਿਕ ਸੈਲਸ ਨੇ ਗੈਂਗਲੀਓਸ ਕੀ ਹੁੰਦੇ ਆ ਰਜੇ ਸਿੰਪਲ ਗੈਂਗਲੀਓਨਿਕ ਮੀਨਸ ਗੈਂਗਲੀਆ ਜਿੱਥੇ ਨਰਵ ਫਾਈਬਰਸ ਇਕੱਠੇ ਹੋ ਜਾਂਦੇ ਨੇ ਉਸ ਨੋਚ ਨੂੰ ਆਪਾਂ ਕੀ ਬੋਲ ਦਿੰਨੇ ਆ ਗੈਂਗਲੀਆ ਨਰਵਸ ਜਿੱਥੇ ਬੰਦ ਹੋ ਕੇ ਇਕੱਠੀਆਂ ਹੁੰਦੀਆਂ ਉਹਨੂੰ ਗੈਂਗਲੀਆ ਬੋਲਦੇ ਆ ਤਾਂ ਇਹ ਜੇ ਆਪਾਂ ਚਾਰੇ ਦੀ ਔਰ ਚਾਰੇ ਲੇਅਰਸ ਨੂੰ ਕੰਪਰੈਸ ਕਰ ਦਈਏ ਤਾਂ ਇਹ ਆਪਣੇ ਕੋਲ ਸਟਰਕਚਰ ਬਣ ਗਈ ਰੈਟੀਨਾ ਦੀ ਇੱਕ ਲੇਅਰ ਦੀ ਓਕੇ ਉਸ ਤੋਂ ਬਾਅਦ ਰਜੇ ਆਪਾਂ ਮੇਨ ਇੰਪੋਰਟੈਂਟ ਰੌਡ ਤੇ ਕੋਨ ਸੈਲਸ ਬਾਰੇ ਪੜ੍ਹਦੇ ਆ ਇੰਨੇ ਜਿਹੜੇ ਫੋਟੋ ਰੀਸੈਪਟਰਸ ਰੋਡ ਔਰ ਕੋਨ ਸੈਲਸ ਨੂੰ ਆਪਾਂ ਵਿਜ਼ੂਅਲ ਸੈਲਸ ਬੋਲ ਦਿੰਦੇ ਆ ਵਿਜ਼ੂਅਲ ਬਿਕੋਜ਼ ਇਹ ਆਪਾਂ ਨੂੰ ਕਿਸੇ ਵੀ ਚੀਜ਼ ਨੂੰ ਦੇਖਣ ਦੇ ਵਿੱਚ ਹੈਲਪ ਕਰਦੇ ਆ ਵਿਜ਼ਿਬਿਲਟੀ ਚ ਹੈਲਪ ਕਰਦੇ ਆ ਥੀਸ ਹੈਵ ਅ ਵਿਜ਼ੂਅਲ ਸੌਰੀ ਬਟਾ ਥੀਸ ਹੈਵ ਅ ਵਿਜ਼ੂਅਲ ਪਰਪਲ ਪਿਗਮੈਂਟ ਕਾਲਡ ਰੋਡੋਪਸਿਨ ਰਾਜੇ ਪਿਗਮੈਂਟਸ ਦਾ ਮਤਲਬ ਹੁੰਦਾ ਕਲਰ ਦੇਣਾ ਪਰਪਲ ਕਲਰ ਵਾਲੇ ਪਿਗਮੈਂਟ ਦਾ ਨਾਮ ਆ ਰੋਡੋਪਸਿਨ ਓਕੇ ਇਹ ਵਿਟਾਮਿਨ A ਤੋਂ ਬਣਿਆ ਆ ਐਂਡ ਸੈਂਸਿਟਿਵ ਟੂ ਡਿਮ ਲਾਈਟ ਡਿਮ ਲਾਈਟ ਮੀਨਸ ਕਿ ਲਾਈਟ ਸ਼ੇਡਸ ਦੇ ਕਲਰ ਨੂੰ ਦੇਖ ਸਕਦਾ ਸੋ ਥੀਸ ਹੈਲਪ ਇਨ ਟੂ ਲਾਈਟ ਵਿਜ਼ਨ ਡਿਊਰਿੰਗ ਦਾ ਨਾਈਟ ਨਾਈਟ ਟਾਈਮ ਦੇ ਆਪਾਂ ਕਿਸੇ ਵੀ ਰਾਤ ਨੂੰ ਅੰਧੇਰੇ ਦੇ ਵਿੱਚ ਆਪਾਂ ਹਲਕੀ ਜੀ ਰੋਸ਼ਨੀ ਦੇ ਨਾਲ ਵੀ ਕੁਝ ਦੇਖ ਸਕਦੇ ਹਾਂ ਨਾ ਦੈਨ ਟੂ ਲਾਈਟ ਦੇ ਵਿੱਚ ਵਿਜ਼ਨ ਚ ਹੈਲਪ ਕਰਦੇ ਆ ਰੋਡੋਪਸਨ ਇਜ਼ ਰੈਡਲੀ ਬਲੀਚਡ ਬਾਈ ਬ੍ਰਾਈਟ ਲਾਈਟ ਇਨ ਟੂ ਅ ਪ੍ਰੋਟੀਨ ਸਕਾਟੋਪਸਨ ਐਂਡ ਅ ਪਿਗਮੈਂਟਡ ਰੈਟੀਨਲ ਵਿਚ ਡੀਪੋਲਰਾਈਜ਼ ਦਾ ਰੋਡ ਸੈਲਸ ਦੇਖੋ ਰਾਜੀ ਅਗਰ ਕਹਿੰਦੇ ਰੋਡੋਪਸਨ ਆ ਇੱਕਿਆਂ ਜਦੋਂ ਬ੍ਰਾਈਟ ਲਾਈਟ ਦੇ ਵਿੱਚ ਜਾਂਦੇ ਆ ਤਾਂ ਰੈਟੀਨਲ ਸੈਲਸ ਨੇ ਇਹਨੂੰ ਬਲੀਚ ਕਰ ਦਿੰਦੇ ਆ ਬਲੀਚ ਮੀਨਸ ਕਿ ਇਹਦਾ ਕਲਰ ਫੇਡ ਕਰ ਦਿੰਦੇ ਆ ਰੋਡੋਪਸਿਨ ਇਸ ਰੈਡੀਲੀ ਰੀਜਨਰੇਟਡ ਇਨ ਡਿਮ ਲਾਈਟ ਬਟ ਜਦੋਂ ਡਿਮ ਲਾਈਟ ਹੁੰਦੀ ਆ ਉਦੋਂ ਦੁਬਾਰਾ ਕੀ ਆ ਰੋਡੋਪਸਿਨ ਬਣਨਾ ਸ਼ੁਰੂ ਹੋ ਜਾਂਦਾ ਮਤਲਬ ਕਿ ਡਾਰਕ ਲ ਬ੍ਰਾਈਟ ਲਾਈਟ ਦੇ ਵਿੱਚ ਇਹ ਖਤਮ ਹੋ ਜਾਂਦਾ ਬਣਨਾ ਤੇ ਡਿਮ ਲਾਈਟ ਚ ਫਿਰ ਬੰਨਣਾ ਸ਼ੁਰੂ ਹੋ ਜਾਂਦਾ a man is blind for some time when he comes out of a well lighted room at a night or enters a dark room at a day if ਐਸੀ ਰਜੇ ਦਿੱਖਿਆ ਉਗ ਜਾ ਜੇ ਤਾਂ ਆਪਾਂ ਦਿਨ ਦੇ ਟਾਈਮ ਬਹੁਤ ਜ਼ਿਆਦਾ ਨਹੀਂ ਰੇ ਅਮ੍ਰਿਤਸਰਾਨੇ ਤਾਂ ਆਪਾਂ ਨੂੰ ਇੱਕ ਦੋ ਮਿੰਟ ਲਈ ਉੱਥੇ ਕੁਝ ਦਿਖਾਈ ਨਹੀਂ ਦਿੰਦਾ ਐਂਡ ਨਾਈਟ ਟਾਈਮ ਜੇ ਆਪਾਂ ਹਨੇਰੇ ਚ ਹੁੰਨੇ ਆ ਤਾਂ ਇੱਕਦਮ ਬ੍ਰਾਈਟ ਲਾਈਟ ਦੇ ਵਿੱਚ ਦੇਖਦੇ ਆ ਤਾਂ ਆਪਾਂ ਨੂੰ ਉਦੋਂ ਵੀ ਕੁਝ ਦਿਖਾਈ ਨਹੀਂ ਦਿੰਦਾ ਇਹਦਾ ਕਾਰਨ ਕੀ ਹੈ ਰਜੇ ਇਹ ਦੋਨੋਂ ਜਿਹੜੇ ਪਿਗਮੈਂਟਸ ਨੇ ਬਿਕੋਜ਼ ਜਿਹੜੇ ਰੋਡੋਪਸਿਨ ਆ ਇਹ ਡਿਮ ਲਾਈਟ ਦੇ ਵਾਸਤੇ ਬਣਦੇ ਨੇ ਤੇ ਜਿਹੜੇ ਸਕੋਟੋਪਸਿਨ ਆ ਇਹ ਕੀ ਆ ਬ੍ਰਾਈਟ ਲਾਈਟ ਚ ਬਣਦੀ ਆ ਤੇ ਜਦੋਂ ਸਕੋਟੋਪਸਿਨ ਬਣਦੀ ਨੇ ਤਾਂ ਰੋਡੋਪਸਿਨ ਦੇ ਕਲਰ ਨੂੰ ਡੀਐਕਟੀਵੇਟ ਕਰ ਦਿੰਦੀ ਆ ਦੈਟਸ ਵਾਈ ਥੈਨ ਅਗੇ ਆਪਣੇ ਕੋਲ ਕਾਨ ਸੈਲਸ ਥੀਸ ਹੈਵ ਅ ਵਿਜ਼ੂਅਲ ਵਾਇਲਟ ਪਿਗਮੈਂਟਡ ਕਾਲਡ ਆਈਡੋਪਸਿਨ ਇਹਦੇ ਕੋਲ ਵਾਇਲਟ ਪਿਗਮੈਂਟ ਹੁੰਦਾ ਉਹਦਾ ਨਾਮ ਕੀ ਆ ਆਈਡੋਪਸਿਨ ਐਂਡ ਆਰ ਸੈਂਸਿਟਿਵ ਟੂ ਬ੍ਰਾਈਟ ਡੇ ਲਾਈਟ ਅਗਰ ਅਜੀ ਇਹਦੇ ਕੋਈ ਵਾਇਲਟ ਪਿਗਮੈਂਟ ਹੁੰਦਾ ਉਹਦਾ ਨਾਮ ਕੀ ਐਡੋਪਸ਼ਨ ਇਹ ਬ੍ਰਾਈਟ ਡੇ ਲਾਈਟ ਨੂੰ ਸੈਂਸਿਟਿਵ ਹੈ ਮੀਨਸ ਦਿਨ ਦੇ ਟਾਈਮ ਤੋਂ ਧੁੱਪ ਚਮਕ ਵਾਲੀ ਹੁੰਦੀ ਹੈ ਜਾਂ ਲਾਈਟ ਬਹੁਤ ਚਮਕ ਵਾਲੀ ਹੁੰਦੀ ਹੈ ਤਾਂ ਉਹਨੂੰ ਸੈਂਸਿਟਿਵ ਨਹੀਂ ਹੈ ਇਹ ਇਹਨੂੰ ਫੋਟੋਪਿਕ ਫੋਟੋਪਿਕ ਵਿਜ਼ਨ ਦੇ ਵਾਸਤੇ ਯੂਜ਼ ਕਰਦੇ ਆ ਇਨ ਦਿ ਰੈਟੀਨਾ ਆਫ ਹਿਊਮਨ ਆਈ देयर आर 3 ਟਾਈਪਸ ਆਫ ਕੋਨਸ ਦੇਖੋ ਰਾਜਾ 3 ਟਾਈਪਸ ਦੇ ਕੋਨ ਸੈਲਸ ਹੁੰਦੇ ਨੇ ਹੈਵਿੰਗ देयर ओन ਪਿਕਿਊਲਰ ਫੋਟੋ ਪਿਗਮੈਂਟਸ ਉਹਨਾਂ ਕੋਲ ਆਪੋ ਆਪਣੇ ਪਿਗਮੈਂਟਸ ਹੁੰਦੇ ਨੇ ਜਿਵੇਂ 레드 ਕਲਰ ਕੋਲੇ ਐਰਿਥਰੋਪਸਿਨ ਗ੍ਰੀਨ ਕੋਲੇ ਕਲੋਰੋਪਸਿਨ ਹੁੰਦਾ ਤੇ ਬਲੂ ਲਾਈਟ ਕੋਲੇ ਸਾਈਨੋਪਸਿਨ ਹੁੰਦੇ ਆ ਰਾਜੇ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਵਾਂ ਇਹ 레드 ਗ੍ਰੀਨ ਤੇ ਜਿਹੜੇ ਬਲੂ ਨੇ ਆਪਨੇ ਕੋਲ ਹੁੰਦੇ ਨੇ ਪ੍ਰਾਇਮਰੀ ਕਲਰਸ ਓਕੇ ਬਾਕੀ ਸਾਰੇ ਕਲਰਸ ਆਪਨੇ ਕੋਲ ਸੈਕੰਡਰੀ ਹੁੰਦੇ ਆ ਇਹਨਾਂ ਦੀ ਮਿਕਸਿੰਗ ਤੋਂ ਬਣਦੇ ਨੇ ਤਾਂ ਇਹਦੇ ਅਕੋਰਡਿੰਗ ਜਿੱਦਾਂ ਆਪਣੇ ਕੋਲ ਅਲਟਰਾਵਾਈलेट ਜਿਹੜੀ ਰੇਜ਼ ਆਉਂਦੀਆਂ ਆ ਮਾ ਉਹ ਵੀ ਰੇਜ਼ ਨੇ ਵੀਜ਼ੀਬਲ ਸਪੈਕਟ੍ਰਮ ਦੇ ਅਕੋਰਡਿੰਗ ਜਿੰਨੀ ਵੇਵ ਲੈਂਥ ਦੀ ਲਾਈਟ ਕਿਸੇ ਚੀਜ਼ ਦੇ ਉੱਪਰ ਫਾਲੋ ਆਫ ਕਰਦੀ ਆ ਤਾਂ ਉਹ ਕੀ ਆ ਜਿੱਦਾਂ ਆਪਣੇ ਕਾਨ ਸੈਲਸ ਨੇ ਉਸੇ ਵੇਵ ਲੈਂਥ ਦੀ ਲਾਈਟ ਨੂੰ ਅਬਜ਼ੌਰਬ ਕਰ ਲੈਂਦੇ ਨੇ ਦੈਨ ਉਹ ਕਲਰ ਆਪਾਂ ਨੂੰ ਸ਼ੋਅ ਕਰ ਦਿੰਦੇ ਨੇ ਓਕੇ ਇਹ ਡਿਪੈਂਡ ਕਰਦਾ ਆਪਾਂ ਕਿਹੜੀ ਚੀਜ਼ ਦਾ ਕਲਰ ਕਿਦਾਂ ਦਾ ਦੇਖ ਰਹੇ ਆ ਮਤਲਬ ਕਿ ਕਲਰ ਕਿਹੜਾ ਕਿੰਨਾ ਵਾ ਉਹ ਡਿਪੈਂਡ ਕਰਦਾ ਕੌਨ ਸੈਲ ਤੇ ਫੋਰ ਐਗਜ਼ਾਮਪਲ ਮੇਰੇ ਕੋਲ ਪੈਨਸਲ ਹੈ yellow color ਦੀ ਹੈ ਕਹਿ ਸਕਦੇ ਆਪਾਂ ਇਹਨੂੰ ਤਾਂ ਇਹ ਬ੍ਰਾਈਟ yellow color ਤੁਹਾਨੂੰ ਕਿਉਂ ਦਿਖ ਰਿਹਾ ਹੈ ਬਿਉ ਡੂ ਟੂ ਦਾ ਕੌਨ ਸੈਲਸ ਹਾਂ ਅਗਰ ਮੈਂ ਤੁਹਾਨੂੰ ਸ਼ੇਡ ਲਾਈਟ ਡਾਰਕ ਦੀ ਗੱਲ ਕਰਾਂ ਹੁਣ ਜਦੋਂ ਮੈਂ ਕਿਹਾ ਕਿ ਇਹ ਬ੍ਰਾਈਟ yellow ਆ ਅਗਰ ਲਾਈਟ yellow ਹੁੰਦੀ ਇਹ ਸ਼ੇਡ ਡਾਰਕ ਐਂਡ ਲਾਈਟ ਆ ਜਾਂ ਬਲੈਕ ਐਂਡ ਵਾਈਟਸ ਦੀ ਗੱਲ ਕਰੀਏ ਆਪਾਂ ਕੋਈ ਚੀਜ਼ ਕਿੰਨੀ ਡਾਰਕ ਜਾਂ ਲਾਈਟ ਆ ਉਹ ਡਿਪੈਂਡ ਕਰਦਾ ਆਪਣੇ ਕੋਲ ਰੋਡ ਸੈਲ ਦੇ ਉੱਪਰ ਉਹ ਇੰਟੈਂਸਿਟੀ ਨੂੰ ਸੈਂਸਿਟਿਵ ਹੁੰਦੀ ਹੈ ਲਾਈਟ ਦੀ ਇੰਟੈਂਸਿਟੀ ਨੂੰ ਇਹ ਕੀ ਹੁੰਦੇ ਨੇ ਕਲਰ ਸੈਂਸਿਟਿਵ ਹੁੰਦੇ ਨੇ ਕូន ਸੈਲਸ ਤੁਸੀਂ इजीली ਯਾਦ ਕਰ ਸਕਦੇ ਆ ਸੀ ਫੋਰ ਕਲਰ ਤੇ ਸੀ ਫੋਰ ਕូន ਸੈਲਸ ওকে ਉਸ ਤੋਂ ਵੀ ਨੰਨ ਦੇਖੋ ਰਾਜੀ ਅਦਰ ਕਲਰਸ ਆ ਡਿਟੈਕਟਡ ਬਾਈ ਸਾਈਮਲਟੇਨੀਅਸ ਸਟਿਮੂਲੇਸ਼ਨ ਆਫ ਮੋਰ ਥੈਨ 1 ਟਾਈਪ ਆਫ ਕੋਨਸ ਵਾਈਟ ਕਲਰ ਇਜ਼ ਪ੍ਰੀਸੀਵਡ ਵੈਨ 3 ਟਾਈਪਸ ਆਫ ਕੋਨਸ ਆਰ ਸਟਿਮੂਲੇਟਡ ਇਕੁਅਲੀ ਵਾਈਟ ਕਲਰ ਆਪਾਂ ਨੂੰ ਤਾਂ ਦਿਖਦਾ ਅਗਰ ਤਿੰਨ ਤਰ੍ਹਾਂ ਦੇ ਕੋਨ ਸੈਲ ਇੱਕੋ ਟਾਈਮ ਤੇ ਐਕਟੀਵੇਟ ਹੁੰਦੇ ਆ ਮਤਲਬ ਉਹ ਕਹਿੰਦੇ ਹਰੇਕ ਕਲਰ ਨੂੰ ਦੇਖਣ ਵਾਸਤੇ ਕੋਨ ਸੈਲ ਹੀ ਡਿਫਰੈਂਟ ਹੁੰਦੇ ਆ ਐਸ ਦਾ ਕੋਨਸ ਆਰ ਇਨਸੈਂਸਿਟਿਵ ਟੂ ਡੈਮ ਲਾਈਟ ਟੂ ਸੋ ਅ ਪਰਸਨ ਕੈਨ ਨੋਟ ਸੀ ਕਲਰਸ ਐਟ ਨਾਈਟ ਪਰ ਜਿਹੜੇ ਕੀ ਆ ਕੋਨ ਸੈਲਸ ਨੇ ओके डिम लाइट ਦੇ ਵਿੱਚ ਇਨਸੈਂਸਟਿਵ ਹੋ ਜਾਂਦੇ ਆ ਮੀਨਸ ਕਿ ਐਕਟਿਵ ਨਹੀਂ ਹੁੰਦੇ ਉਸ ਟਾਈਮ ਤੇ ਤਾਂ ਆਪਾਂ ਰਾਤ ਦੇ ਟਾਈਮ ਕਿ ਕਲਰਸ ਨੂੰ ਨਹੀਂ ਦੇਖ ਸਕਦੇ ਹਨ ਧیرے ਦੇ ਵਿੱਚ ਸੋ ਰੋਡਸ ਆਰ ਅਡੈਪਟਡ ਫॉर ਟਵਿਲਾਈਟ ਬਲੈਕ ਐਂਡ ਵਾਈਟ ਵਿਜ਼ਨ ਐਂਡ ਵਾਈਲ ਕੋਨ ਸੈਲਸ ਆਰ ਅਡੈਪਟਡ ਫॉर ਅ ਕਲਰਡ ਵਿਜ਼ਨ ਓਕੇ ਵਾਈਲ ਰੋਡਸ ਹੈਵ ਨੋ ਰੋਲ ਇਨ ਦਾ ਕਲਰ ਵਿਜ਼ਨ ਮਤਲਬ ਕਿ ਕਲਰਸ ਦੇਖਣ ਦੇ ਵਿੱਚ ਰੋਡ ਸੈਲਸ ਦਾ ਕੋਈ ਫੰਕਸ਼ਨ ਨਹੀਂ ਹੁੰਦਾ ਥੈਨ ਜੇ ਆਪਾਂ ਸਪੌਟਸ ਦੀ ਗੱਲ ਕਰਦੇ ਆ ਮਾਰਕਸ ਦੀ ਗੱਲ ਕਰਦੇ ਆ ਰੈਟੀਨਾ ਦੇ ਉੱਪਰ ਦੋ ਤਰ੍ਹਾਂ ਦੇ ਮਾਰਕਸ ਹੁੰਦੇ ਨੇ ਇੱਕ ਹੁੰਦਾ ਬਲਾਈਂਡ ਸਪੌਟ ਇੱਕ ਹੁੰਦਾ येलो ਸਪੌਟ ਹੁਣ ਬਲਾਈਂਡ ਸਪੌਟ ਕੀ ਆ ਵਿਦਆਊਟ ਐਂਡ ਰੋ ਸੌਰੀ ਵਿਦਆਊਟ ਰੋਡਸ ਐਂਡ ਕੋਨਸ ਸੋ ਇਜ਼ ਇਨਸੈਂਸਿਟਿਵ ਟੂ ਲਾਈਟ ਸੋ ਨੋ ਇਮੇਜ ਇਜ਼ ਫਾਰਮਡ ਔਨ ਇਟ ਇਟ ਇਜ਼ ਦਾ ਸਾਈਟ ਆਫ ਰਿਜਨ ਆਫ ਆਪਟਿਕ ਨਰਵ ਐਂਡ ਐਂਟਰੀ ਆਫ ਦਾ ਰੈਟੀਨਲ ਬਲੱਡ ਵੈਸਲਸ ਦੇਖੋ ਰਾਜੇ ਇਹ ਡਾਇਗਰਾਮ ਆ ਇੱਥੇ ਕੀ ਆ ਬਲਾਈਂਡ ਸਪੌਟ ਬਣਿਆ ਹੋਇਆ ਇਹ ਦੇਖੋ ਧਿਆਨ ਦੇ ਨਾਲ ਇਸ ਸਪੌਟ ਮੀਨਸ ਉਹ ਨਿਸ਼ਾਨ ਆ ਉਹ ਜਗ੍ਹਾ ਜਿੱਥੇ ਜਾ ਕੇ ਰੈਟੀਨਾ ਦੇ ਕੋਲੇ ਨਾ ਇੱਥੇ ਕੋਈ ਰੋਡ ਸੈੱਲ ਆ ਨਾ ਕੋਈ ਕੌਨ ਸੈੱਲ ਆ ਬਾਕੀ ਸਾਰੀ ਜਗ੍ਹਾ ਤੇ ਰੋਡ ਸੈੱਲ ਕੌਨ ਸੈੱਲ ਹੈਗੇ ਨਹੀਂ ਇਹ ਕੀ ਆ ਇਸ ਪਾਰਟ ਦੇ ਉੱਪਰ ਕੋਈ ਇਮੇਜ ਫਾਰਮੇਸ਼ਨ ਨਹੀਂ ਹੁੰਦੀ ਮਤਲਬ ਤੁਸੀਂ ਕੁਝ ਵੀ ਦੇਖਿਆ ਬਲਾਈਂਡ ਸਪੌਟ ਦੀ ਕੋਈ ਫੋਟੋ ਨਹੀਂ ਬਣਨੀ ਇਸ ਜਗ੍ਹਾ ਦੀ ਖਾਸियत ਕੀ ਹੈ ਕਿ ਇਹ ਜਿਹੜੀ ਆਈਜ਼ ਆ ਆਪਟਿਕ ਨਰਵਸ ਦੇ ਥਰੂ ਬ੍ਰੇਨ ਦੇ ਨਾਲ ਅਟੈਚ ਹੋਣੀ ਆ ਉਹ ਇਸ ਪੁਆਇੰਟ ਤੋਂ ਓਰੀਜਿਨੇਟ ਹੁੰਦੇ ਨੇ ਓਕੇ ਤੇ ਨਾਲ ਦੀ ਨਾਲ ਕੀ ਹੈ ਇਹਦੇ ਜੋ ਬਲੱਡ ਵੈਸਲਸ ਜਾਂਦੇ ਆ ਉਹਨਾਂ ਦੀ ਐਂਟਰੀ ਹੁੰਦੀ ਆ ਦੈਨ ਆ ਗਿਆ ਆਪਣੇ ਕੋਲ yellow spot ਇਟ ਇਜ਼ ਆਲਸੋ ਕਾਲਡ ਮੈਕਿਊਲਾ ਲੈਟੂਏ ਔਰ ਏਰੀਆ ਸੈਂਟਰੈਲਸ ਦੇਖੋ ਰਾਜੀ ਇੱਥੇ ਨਾਮ ਦਿੱਤਾ ਹੋਇਆ ਮੈਕਿਊਲਾ ਲੈਟੂਏ ਔਰ ਏਰੀਆ ਸੈਂਟਰੈਲਸ ਆ ਦੇਖੋ yellow spot ਆ ਇਹ ਇੱਥੇ V shape notch ਬਣੀ ਹੁੰਦੀ ਆ ਦੇਖੋ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਇਹ ਨਿਸ਼ਾਨ ਲੱਗਿਆ ਹੋਇਆ ਓਕੇ ਇਟ ਇਜ਼ small yellow colored area on the retina which lies opposite to the optical axis of the lens means lens to opposite side te aa aa dekho apne kole lens hai edi opposite uh, side te paya va apne kole and lateral to blind spot blind spot de bilkul lateral side te jidda dekho e apne kole blind uh, spot si spot si edi upar hi paya va lateral side te edi is to bina dekho ji it is with only cones so is most sensitive to daylight vision ਇਹਦੇ ਕੋਲ ਇਕੱਲੇ ਕੌਨ ਸੈੱਲ ਹੀ ਹੁੰਦੇ ਆ ਰੋਡ ਸੈੱਲ ਨਹੀਂ ਹੁੰਦੇਗੇ ਤਾਂ ਡੇ ਲਾਈਟ ਦੇ ਵਿੱਚ ਕੀ ਹੁੰਦੀ ਹੈ ਜਿਆਦਾ ਸੈਂਸਿਟਿਵ ਹੁੰਦੇ ਨੇ ਇਟ ਇਜ਼ ਵਿਦ ਅ ਡਿਪਰੈਸ਼ਨ ਫੋਬੀਆ ਸੈਂਟਰੈਲਿਸ ਇਨ ਇਟਸ ਮਿਡਲ ਇਹਦੇ ਮਿਡਲ ਦੇ ਵਿੱਚ ਇੱਕ ਡਿਪਰੈਸ਼ਨ ਜਾਂ ਹੁੰਦਾ ਇੱਕ ਕਹਿ ਸਕਦੇ ਆ ਕਿ ਨਿਸ਼ਾਨ ਜਾਂ ਟੋਆ ਜਿਹਾ ਪਿਆ ਹੁੰਦਾ ਉਹਦਾ ਨਾਮ ਆ ਫੋਬੀਆ ਸੈਂਟਰੈਲਿਸ ਏਰੀਆ ਸੈਂਟਰੈਲਿਸ ਐਕਟ ਐਜ਼ ਅ ਫਿਲਟਰ ਓਵਰ ਫੋਬੀਆ ਸੈਂਟਰੈਲਿਸ ਇਟ ਇਜ਼ ਦਾ ਏਰੀਆ ਆਫ ਮੋਸਟ ਡਿਸਟਿੰਕਟ ਵਿਜ਼ਨ ਮਤਲਬ ਕਿ ਇੱਥੇ ਜਾ ਕੇ ਆਪਾਂ ਚੀਜ਼ਾਂ ਨੂੰ ਅਲੱਗ-ਅਲੱਗ ਦੇਖ ਸਕਦੇ ਹਾਂ ਠੀਕ ਹੈ ਜੀ ਇਟ ਇਜ਼ ਅ ਪੁਆਇੰਟ ਆਫ ਮੈਕਸਿਮਮ ਵਿਜ਼ੂਅਲ ਐਕਟੀਵਿਟੀ ਰੈਜ਼ੋਲੂਸ਼ਨ ਕਹਿੰਦੇ ਆ ਜਿਹਨੂੰ ਆਪਾਂ ਵਿਜ਼ੂਅਲ ਐਕਟੀਵਿਟੀ ਜਿੱਦਾਂ ਦੇਖੋ ਰਾਜੇ ਆਪਾਂ ਕਿਸੇ ਚੀਜ਼ ਦੇ ਵਿੱਚ ਫਰਕ ਦੇਖਣਾ ਹੋਵੇ ਮਤਲਬ ਧਿਆਨ ਦੇ ਨਾਲ ਦੇਖਦੇ ਹਾਂ ਨਾ ਕਿ ਕੀ ਫਰਕ ਆ ਆਪਾਂ ਉਹਨੂੰ ਰੈਜ਼ੋਲੂਸ਼ਨ ਚੇਂਜ ਕਰਕੇ ਦੇਖਦੇ ਹਾਂ ਅਲੱਗ-ਅਲੱਗ ਕਿਸੇ ਚੀਜ਼ ਨੂੰ ਦੇਖਣ ਲਈ ਆਪਾਂ ਨੂੰ ਆਈਜ਼ ਨੂੰ ਕਲੋਜ਼ ਕਰਨਾ ਪੈਂਦਾ ਕਿਸੇ ਨੂੰ ਓਪਨ ਕਰਨਾ ਪੈਂਦਾ ਜਿੱਦਾਂ ਆਪਾਂ ਵੈਸੇ ਵੀ ਮਾਈਕਰੋਸਕੋਪ ਦੀ ਗੱਲ ਕਰਦੇ ਆ ਰੈਜ਼ੋ ਕੈਪੈਸਿਟੀ ਅਕੋਰਡਿੰਗ ਕਿਹੜੀ ਚੀਜ਼ ਨੂੰ ਆਪਾਂ ਚੰਗੀ ਤਰ੍ਹਾਂ ਅੰਡਰਸਟੈਂਡ ਕਰ ਸਕਦੇ ਆ ਉਹ ਡਿਪੈਂਡ ਕਰਦਾ येलो स्पॉट ਕੋਲ ਕਿਉਂ ਬਿਕੋਜ਼ ਇਹਨਾਂ ਕੋਲੇ ਕੀ ਹੁੰਦੇ ਨੇ ਕੋਨ ਸੈਲਸ ਜ਼ਿਆਦਾ ਹੁੰਦੀਆਂ ਥੈਨ ਸਿਲੀਅਰੀ ਪਾਰਟ ਆਗੈਰਾ ਜੇ ਇਹ ਕੀ ਆ ਥਿਨ ਓਨਲੀ ਪਿਗਮੈਂਟਡ ਪਾਰਟ ਪ੍ਰੈਜ਼ెంట్ ਇਨਰ ਟੂ ਦਾ ਸਿਲੀਅਰੀ ਪਾਰਟ ਆਫ ਦਾ ਯੂਵੀਆ ਐਂਡ ਬੋਥ ਕਲੈਕਟਿਵਲੀ ਫਾਰਮ ਸਿਲੀਅਰੀ ਬਾਡੀ it is demarcated from the optical part by a small wavy area ora serrata aa dekho raji kende eh ciliary body nu banon ch vi help karda ba ke jehna apne kol second part si ode nal attach hunda eh ora serrata ho gaya then agya iridial part eh apan already padh leya si thin pigmented part present inner to the iridial part of uvea and both collectively form iris iris being pigmented gives the color to the eye the main apne kol reh gaya eye de vich lens ਲੈਂਸ ਕੀ ਹੈ ਹਿਊਮਨ ਆਈ ਦਾ ਸੋਲਿਡ ਹੁੰਦਾ ਸਰਕੂਲਰ ਟਰਾਂਸਪੀਰੈਂਟ ਹੁੰਦਾ ਐਂਡ ਬਾਈ ਕਨਵੈਕਸ ਬਾਈ ਕਨਵੈਕਸ ਕੀ ਹੋਊਗਾ ਦੋਨੋਂ ਸਾਈਡ ਤੋਂ ਦੀ ਸਰਫੇਸ ਕਨਵੈਕਸ ਹੁੰਦੀ ਆ ਇਟ ਇਜ਼ ਪ੍ਰੈਜ਼ెంట్ ਜਸਟ ਬਿਹਾਈਂਡ ਦਾ ਆਇਰਿਸ ਐਂਡ ਇਜ਼ ਸਰਾਊਂਡਡਡ ਬਾਈ ਅ ਥਿਨ ਟਰਾਂਸਪੀਰੈਂਟ ਇਲਾਸਟਿਕ ਮੈਂਬਰਨ ਕਾਲਡ ਲੈਂਸ capsule okay it is suspended in the cavity of the eyeball by a ring like ligamentous yellow fibrous frame called suspensory ligaments matlab laji eyeball de naal lens nu attach karan ch kon help karde ne suspensory ligaments help karde ne which extend between the ciliary body and lens capsule dekho laji apne kole ciliary body sigi theek a eh apne kole ki a gaye suspensory ligament a gaya wale utthe lens de naal ओके ਨਾਲ ਹੀ ਸੀਰੀਅਲ ਬਾਡੀ ਨੇ ਸ਼ੁਰੂ ਹੋ ਜਾਣਾ ਵਾ ਉਸ ਤੋਂ ਬਾਅਦ ਕੀ ਆ ਦਾ ਲੈਂਸ ਐਂਡ ਸਸਪੈਂਸਰੀ ਲਿਗਾਮੈਂਟ ਡਿਵਾਈਡ ਦਾ ਕੈਵਿਟੀ ਆਫ ਆਈ ਬੋਲ ਇਨਟੂ ਟੂ ਅਨਇਕੁਅਲ ਚੈਂਬਰ ਦੋ ਚੈਂਬਰ ਬਣਦੇ ਆ ਜੇ ਇੱਕ ਐਕਵਸ ਚੈਂਬਰ ਬਣਦਾ ਇੱਕ ਵਿਟਰਸ ਚੈਂਬਰ ਬਣਦਾ ਦੇਖੋ ਰਜੇ ਆ ਲੈਂਜ਼ ਸੀ ਫਰੰਟ ਸਾਈਡ ਤੇ ਇੱਕ ਚੈਂਬਰ ਬਣਿਆ ਮੀਨ ਚੈਂਬਰ ਮੀਨਸ ਇੱਕ ਐਮਪਟੀ ਵੈਸਲ ਵਾਂਗ ਸਪੇਸ ਬਣੀ ਇੱਕ ਬੈਕ ਸਾਈਡ ਤੇ ਫਰੰਟ ਵਾਲੀ ਨੂੰ ਆਪਾਂ ਕਹਿ ਦਾਂਗੇ ਐਕਵਸ ਚੈਂਬਰ ਪਿੱਛੇ ਵਾਲੇ ਨੂੰ ਵਿਟਰਸ ਚੈਂਬਰ ਇਹਨਾਂ ਦੇ ਵਿੱਚ ਫਲੂਇਡਸ ਫਿਲਡ ਹੁੰਦੇ ਨੇ ਤਾਂ ਉਹਨਾਂ ਨੂੰ ਰਿਸਪੈਕਟਿਵਲੀ ਆਪਾਂ ਕਹਿ ਸਕਦੇ ਹਾਂ ਐਕਵਸ ਹਿਊਮਰ ਐਂਡ ਵਿਟਰਸ ਹਿਊਮਰ ਤਾਂ ਇਹਨਾਂ ਦੇ ਮੇਨ ਫੰਕਸ਼ਨਸ ਕੀ ਨੇ ਉਹ ਤੁਸੀਂ ਦੇਖ ਸਕਦੇ ਹੋ ਐਕਵਸ ਹਿਊਮਰ ਦੇ ਫੰਕਸ਼ਨਸ ਨੇ ਨਾਨ ਵਸਕੂਲਰ ਲੈਂਸ ਐਂਡ ਕੋਰਨੀਆ ਨੂੰ ਨਿਊਟ੍ਰੀਸ਼ਨ ਦੇਣਾ ਠੀਕ ਹੈ ਜੀ ਵਸਕੂਲ ਨਾਨ ਵਸਕੂਲਰ ਆ ਮੀਨਸ ਕਿ ਨਾ ਕੋਲ ਬਲੱਡ ਸਪਲਾਈ ਹੈ ਨਹੀਂ ਤਾਂ ਨਿਊਟ੍ਰੀਸ਼ਨ ਦਾ ਕੰਮ ਕਰਦੇ ਆ ਐਕਵਸ ਹਿਊਮਰ ਇਨਫਲੇਟਸ ਦਾ ਆਈਬਾਲ ਐਂਡ ਗਿਵਸ ਸ਼ੇਪ ਟੂ ਦਾ ਆਈ ਆਈਬਾਲ ਨੂੰ ਇਨਫਲੇਟ ਕਰਕੇ ਰੱਖਦੇ ਨੇ ਤਾਂ ਕਿ ਉਹਨੂੰ ਸ਼ੇਪ ਪ੍ਰੋਪਰ ਮਿਲ ਸਕੇ ਸਪੋਰਟਿੰਗ ਦਾ ਲੈਂਸ ਲੈਂਸ ਨੂੰ ਸਪੋਰਟ ਕਰਦੇ ਐਂਡ ਰੀਫਰੈਕਟ ਦਾ ਲਾਈਟ ਰੇਜ਼ ਟੂ ਫੋਕਸ ਔਨ ਦਾ ਰੈਟਿਨਾ ਨ ਆਪਣੀ ਕੋਲ ਵਿਟ੍ਰਸ ਚੈਂਬਰ ਆ ਗਿਆ ਜਿਹੜਾ ਫਲੂਇਡ ਫਿਲਡ ਹੋਊਗਾ ਬੈਕ ਸਾਈਡ ਵਾਲੇ ਚੈਂਬਰ ਦੇ ਵਿੱਚ ਉਹਨੂੰ ਆਪਾਂ ਵਿਟ੍ਰਸ ਹਿਊਮਰ ਕਹਿ ਦਿੰਨੇ ਆ ਇਹਦੇ ਚ ਕੀ ਟ੍ਰਾਂਸਪੀਰੈਂਟ ਜੈਲੇਟਿਨੀਸ਼ੀਅਸ ਮਟੀਰੀਅਲ ਹੁੰਦਾ ਵਾ ਵਿਟ੍ਰਸ ਹਿਊਮਰ ਨੂੰ ਆਪਾਂ ਵਾਰਟਨਸ ਜੈਲੀ ਵੀ ਬੋਲਦੇ ਨੇ ਇਹਦੇ ਕੰਮ ਕੀ ਆ ਆਈ ਨੂੰ ਸ਼ੇਪ ਪ੍ਰੋਵਾਈਡ ਕਰਨਾ ਰੈਟੀਨਾ ਤੇ ਲੈਂਸ ਨੂੰ ਸਪੋਰਟ ਕਰਨਾ ਤੇ ਰੀਫ੍ਰੈਕਟ ਦਾ ਲਾਈਟ ਰੇਜ਼ ਰੀਫ੍ਰੈਕਸ਼ਨ ਕਰਨਾ ਦੈਨ ਅਜੇ ਆਪਣੇ ਕੋਲ ਵਰਕਿੰਗ ਰਹਿ ਗਈ एंड मैकानिजम दैन आई दिफेक्ट करीड करने येलो स्पॉट एंड ब्लाइंड स्पॉट का रॉड एंड कोन सैल एंडमर का थैंक्स एक चीज हो रे थ अजकल ना एक नवा आई डिफैक्ट चल रहा वा मोस्टली ओल्ड एज कहते हैं न ਉਹ ਕਹਿੰਦੀ ਆਈਸ ਨੂੰ ਡਰਾਈਨੈਸ ਫੀਲ ਹੋਣ ਲੱਗ ਜਾਂਦੀਆਂ ਤਾਂ ਅੱਖਾਂ ਨੂੰ ਸੁੱਕਣਾ ਕਹਿੰਦੇ ਆ ਡਾਕਟਰਸ ਉਹਨਾਂ ਨੂੰ ਤਾਂ ਇਰੀਟੇਸ਼ਨ ਹੁੰਦੀ ਆ ਅੱਖਾਂ 'ਚ ਪਾਣੀ ਨਹੀਂ ਹੁੰਦਾ ਤਾਂ ਅੱਖਾਂ ਨੂੰ ਜਿਆ ਫ੍ਰੈਕਸ਼ਨ ਫੀਲ ਕਰਦੀਆਂ ਉਹਦਾ ਮੇਨ ਰੀਜ਼ਨ ਕੀ ਆ ਕਹਿੰਦੇ ਕਿ ਆਈ ਦਾ ਫਲੂਇਡ ਘਟ ਗਿਆ ਦੈਟ ਮੀਨਸ ਵਿਟ੍ਰਸ ਤੇ ਐਕੁਅਸ ਹਿਊਮਰ ਦੀ ਪ੍ਰੋਬਲਮ ਆ ਜਾਂਦੀ ਆ ਠੀਕ ਹੈ ਥੈਂਕ ਯੂ ਬਟਾ